ਓ ਯਾਰ ਤੇਰਾ ਪਿਓ ਮਰ ਗਿਆ ਬੜੀ ਖੁਸ਼ੀ ਦੀ ਗੱਲ ਓ ਯਾਰ ਤੇਰਾ ਪਿਓ ਹੀ ਮਰ ਗਿਆ ਇਹ ਗੱਲ ਤੇ ਨਹੀਂ ਕਿਸੇ ਕੀਤੀ ਨਹੀਂ ਇਹ ਬੰਦੇ ਦੇ ਦਿਲ ਚ ਦਰਦ ਹੈ ਇਹਦੇ ਮੈਂ ਪਤਾ ਕਿਉਂ ਸੱਡੇ ਆ ਕਿਉਂ ਤੁਸੀਂ ਵੀ ਮਰ ਜਾਣਾ ਇਹਨੂੰ ਵੇਲਾ ਵੀ ਇਹਨੇ ਕਦੋਂ ਦਾ ਚੁੱਕ ਲੈਣਾ ਸੀ ਇੱਥੇ ਹੱਥ ਹੀ ਨਹੀਂ ਪਿਆ ਓ ਯਾਰ ਤੇਰਾ ਪਿਓ ਮਰ ਗਿਆ ਮਰਿਆ ਕਿਸ ਤਰ੍ਹਾਂ ਬਸ ਯਾਰ ਕਰੋ ਟੇਂਡ ਕਰਾਣ ਗਿਆ ਟੱਕ ਲੱਗਿਆ ਤੇ ਮਰ ਗਿਆ ਕੋਲੀ ਸਬਰ ਕਰੋ ਤੁਹਾਨੂੰ ਬੜਾ ਸਦਮਾ ਹੋਇਆ ਮਰਿਆ ਕਿਸ ਤਰ੍ਹਾਂ ਯਾਰ ਮਰਿਆ ਕਿਸ ਤਰ੍ਹਾਂ ਸ਼ੇਖੂਪੁਰੇ ਤੋਂ ਟਰੱਕ ਦਾ ਰਿਸ਼ਤਾ ਆਇਆ ਸੀ ਉਹ ਉੱਥੇ ਹੀ ਫਸੀ ਟਰੱਕ ਦਾ ਰਿਸ਼ਤਾ ਨਹੀਂ ਜਦੋਂ ਮਾਸੀ ਮੇਰੀ ਦਾ ਰਿਸ਼ਤਾ ਹੋਇਆ ਨਾ ਚਾਚੇ ਦੇ ਨਾਲ ਤੇ ਉਹ ਸ਼ੇਖਪੁਰੇ ਵਿਆਹਣ ਵਾਸਤੇ ਗਏ ਤੇ ਟਰੱਕ ਚ ਗਏ ਸਨ ਟਰੱਕ ਲੈ ਕੇ ਗਏ ਉੱਥੋਂ ਰਿਸ਼ਤਾ ਆਇਆ ਟਰੱਕ ਚ ਅੱਛਾ ਅੱਛਾ ਜੀ ਮਾਸੀ ਸਹੀ ਰੋ ਲੱਗਦਾ ਤੇਰੇ ਕੋਈ ਠੱਪੇ ਲਾਉਣ ਡਿਆ ਇਹ ਬੜਾ ਰੋਣ ਡਈ ਹੈ ਮਰਨ ਵਾਲਾ ਇਹਦਾ ਵਾਕਫ ਸੀ ਨਹੀਂ ਤੇਰੇ ਕੱਪੜੇ ਦੱਸਤੇ ਬਹੁਤ ਅਫਸੋਸ ਹੋਇਆ ਓ ਯਾਰ ਇਹ ਤਾਂ ਸਾਨੂੰ ਘਰੋਂ ਪਤਾ ਹੀ ਨਹੀਂ ਸੀ ਅੱਛਾ ਜੀ ਆ ਫੌਤ ਹੋਏ ਕਦੀ ਘਰ ਪਤਾ ਹੁੰਦਾ ਨਾ ਫੌਤ ਹੋਏ ਫਿਰ ਵੇਖਦੇ ਡਰੈਸਿੰਗ ਜਨਾਬ ਇੰਜ ਸੜਕ ਤੇ ਜਾ ਰਹੇ ਸਨ ਕੋਲੋਂ ਟਰੱਕ ਲੰਘਿਆ ਅੱਛਾ ਹਵਾ ਨਾ ਕੰਧ ਚ ਵੱਜੇ ਨੇ ਕੰਧ ਚ ਵੱਜ ਕੇ ਸੜਕ ਤੇ ਡਿੱਗੇ ਨੇ ਉੱਥੇ ਕੋਈ 35-36 ਠੱਪੇ ਪਏ ਨੇ ਉਹਨਾਂ ਦੇ ਠੱਕ 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 ਤੂੰ ਸੱਤ ਰੁਪਈਏ ਦਾ ਮੁੰਡਾ ਬਈ ਮੈਨੂੰ ਉਹਦੇ ਮਰਨ ਦਾ ਅਫਸੋਸ ਨੀ ਹੋਇਆ ਜਿੰਨਾ ਅਫਸੋਸ ਉਹਦੇ ਲੰਮਾ ਸਲਿਪ ਹੋਣ ਦਾ ਹੋਇਆ ਯਕੀਨ ਕਰੋ ਹੋਇਆ ਕੀ ਮਰੇ ਕਿਸ ਤਰ੍ਹਾਂ ਦੱਸਿਆ ਤੇ ਐ ਜਲਾਬ ਡੁੱਬ ਕੇ ਮਰ ਗਏ ਨੇ ਡੁੱਬ ਕੇ ਮਰ ਗਏ ਇੱਜ਼ਤ ਵਾਲੇ ਸਨ ਸੁਬਾ ਸਵੇਰੇ ਉੱਠੇ ਨੇ ਹਾਲਾਂਕਿ ਇੰਨਾ ਸੁਬਾ ਉੱਠਦੇ ਨੀ ਹੁੰਦੇ ਕਦੀ ਵੀ ਨੀ 12 ਵਜੇ ਤੋਂ ਪਹਿਲੇ ਕਦੀ ਉੱਠੇ ਹੀ ਨੀ ਤੇ ਸਵੇਰੇ ਸਵੇਰੇ ਕਿਉਂ ਉੱਠੇ ਬਸ ਆਈ ਜੋ ਸੀ ਤਕਦੀਰ ਜਦੋਂ ਘੇਰ ਲਵੇ ਉਠਾ ਲੈਂਦੀ ਸੁਬਾ ਸੁਬਾ ਉੱਠੇ ਨੇ ਬਾਥਰੂਮ ਗਏ ਨੇ ਅੱਛਾ ਆਈ ਸੀ ਬਾਥਰੂਮ ਚ ਮੂੰਹ ਹੱਥ ਧੋਤਾ ਬਾਹਰ ਨਿਕਲੇ ਨੇ ਚਾਚੀ ਕਹਿੰਦੀ ਵੀ ਭਲਿਆ ਨਾਸ਼ਤਾ ਕਰ ਲੈ ਕਹਿੰਦਾ ਨਹੀਂ ਕਰਮਾ ਵਾਲੀ ਅੱਜ ਮੇਰਾ ਦਿਲ ਕਰਦਾ ਮੈਂ ਬਾਹਰ ਹੀ ਨਾਸ਼ਤਾ ਕਰ ਤਕਦੀਰ ਘੇਰਨ ਡਈ ਜਦੋਂ ਬੰਦੇ ਦਾ ਰਲਿਆ ਚੁਗਣਾ ਹੋਵੇ ਕਿਸੇ ਨੇ ਆਪਣਾ ਹਲਵਾ ਪੂਰੀਆਂ ਚਨੇ ਵਗੈਰਾ ਕੁਛ ਹੈ ਉਹਨੇ ਦੱਸਿਆ ਹੋਣਾ ਸੁਬਾ ਦਾ ਜੋ ਨਾਸ਼ਤਾ ਹੁੰਦਾ ਲੋ ਉਹਨੇ ਕਿਹਾ ਵੀ ਬਹਿ ਕੇ ਨਾਸ਼ਤਾ ਕਰ ਲਾ ਚਾਚਾ ਬੜੀ ਦੇਰ ਬਾਅਦ ਉਹਨੂੰ ਮਿਲਣ ਗਿਆ 55 ਦਾ ਦੋਸਤ ਸੀ ਉਹ ਕਹਿੰਦਾ ਅੱਜ ਬੜੀ ਦੇਰ ਨਾਲ ਆਇਆ ਬਸ਼ੀਰੇ ਆਇਆ ਤੇਰਾ ਪਿੰਡ ਤੇ ਨਾਲ ਹੀ ਸਕੂਲ ਹੈ ਤੂੰ ਇੰਨੀ ਦੇਰ ਕਿਉਂ ਲਾਈ ਉਹਨੇ ਕਿਹਾ ਬਸ ਯਾਰ ਤਕਦੀਰ ਦਾ ਕਰਨਾ ਸੀ ਮੈਨੂੰ ਨਾਸ਼ਤਾ ਕਰਵਾ ਦੇ ਉਹਨੇ ਕਿਹਾ ਬਿਸਮਿਲਾ ਕਹਿੰਦਾ ਨਹੀਂ ਮੈਂ ਇੱਥੇ ਨਹੀਂ ਮੈਂ ਘਰ ਜਾ ਕੇ ਨਾਸ਼ਤਾ ਕਰਨਾ ਉਹਨੇ ਕਿਹਾ ਚੱਲ ਛਾਪੜ ਚ ਸਾਲਣ ਪਾ ਉਹਨੇ ਸਾਲਣ ਪਾਇਆ ਛਾਪੜ ਚ ਤੇ ਸਾਲਣ ਗਰਮ ਸੀ
ਆਈ ਹੋਵੇ ਜਦੋਂ ਬੰਦੇ ਦੀ। ਲੋ ਜੀ ਉਹ ਛਾਪਰ ਸਾਲਣ ਗਰਮ ਨਾਲ ਫਟ ਗਿਆ। ਉਹਨੇ ਕਿਹਾ ਫਜ਼ਲ ਦੀ ਨਾ ਛਾਪਰ ਫਟ ਗਿਆ। ਉਹਨੇ ਕਿਹਾ ਯਾਰ ਕੋਈ ਗੱਲ ਨੀ, ਮੇਰੇ ਵੀ ਦਿਲ ਨੂੰ ਅੱਜ ਖਿੱਚ ਜੀ ਪੈਣ ਡਈ। ਉਹਨੇ ਕਿਹਾ ਇੱਕ ਛਾਪਰ ਹੋਰ ਦੇ। ਉਹਨੇ ਦੂਸਰਾ ਛਾਪਰ ਦਿੱਤਾ ਜਨਾਬ। ਆਈ ਜੋ ਸੀ ਤਕਦੀਰ ਦੀ ਕਰਨੀ, ਉਹਨੇ ਦੂਸਰਾ ਛਾਪਰ ਵਿੱਚ ਰੱਖਿਆ। ਸਾਲਣ ਗਰਮ ਸੀ, ਉਹ ਛਾਪਰ ਵੀ ਫਟ ਗਿਆ। ਅੱਛਾ, ਉਹਨੇ ਕਿਹਾ ਫਜਿਆ ਛਾਪਰ ਤੀਸਰਾ ਵੀ ਫਟ ਗਿਆ। ਸੋਹਣਿਆ ਅੱਗੇ ਕਦੀ ਇੰਜ ਹੋਇਆ ਨੀ, ਤੂੰ ਸਾਡੇ ਨਾਲ ਸ਼ਰੀਕਾਂ ਵਾਲੀ ਨਾ ਕਰ। ਉਹਨੇ ਕਿਹਾ ਕੋਈ ਗੱਲ ਨੀ, ਤੂੰ ਤੀਸਰਾ ਛਾਪਰ ਲੈ ਲੈ। ਤੀਸਰਾ ਛਾਪਰ ਦਿੱਤਾ, ਸਾਲਣ ਗਰਮ ਸੀ, ਉਹ ਵੀ ਛਾਪਰ ਫਟ ਗਿਆ। ਅੱਛਾ, ਉਹਨੇ ਕਿਹਾ ਯਾਰ ਸੋਹਣਿਆ ਤੀਸਰਾ ਛਾਪਰ ਤੇ ਛਾਪਰ ਅੱਜ ਫਟਣ ਦੇ ਲੱਗਦਾ ਖੈਰ ਨਹੀਂ। ਉਹਨੇ ਕਿਹਾ ਤੂੰ ਚੌਥਾ ਛਾਪਰ ਲੈ ਲੈ। ਚੌਥਾ ਛਾਪਰ ਲਿਆ, ਲੈ ਕੇ ਸਾਲਣ ਰਿਕਸ਼ੇ 'ਚ ਬੈਠੇ ਨੇ, ਛਾਪਰ ਉਹ ਵੀ ਲੀਕ ਹੋਣ ਲੱਗ ਪਿਆ। ਇਹ ਤੂੰ ਇਹਦਾ ਪਿਓ ਮਾਰਨ ਡਿਆ ਜਾਂ ਛਾਪਰ ਵੇਚਣ ਡਿਆ? ਆਈ ਜੋ ਸੀ ਉਹਦੀ, ਲਓ ਜੀ ਛਾਪਰ ਫੜਿਆ ਉਹਦੇ ਕੋਲੋਂ, ਛਾਪਰ ਲੈ ਕੇ ਰਿਕਸ਼ੇ 'ਚ ਬੈਠੇ ਨੇ, ਜੰਪ ਲੱਗਾ ਤੇ ਚੌਥਾ ਛਾਪਰ ਵੀ ਫਟ ਗਿਆ। ਯਾਰ ਦਫਾ ਕਰ, ਤੇਰੀ ਗੱਲ ਮੈਂ ਛੁੱਟੀ ਵਾਲੇ ਦਿਨ ਸੁਣਾਂਗਾ, ਤੂੰ ਦੱਸ ਯਾਰ ਤੇਰਾ ਪਿਓ ਮਰਿਆ ਕਿਸ ਤਰ੍ਹਾਂ? ਨਹੀਂ ਆ ਵੇਖ ਲਓ ਯਾਰ, ਦੱਸ ਮੈਂ ਜੋ ਦੱਸਣ ਡਿਆ ਸੀ ਜੀ ਜਿਵੇਂ ਮਰਿਆ ਪਾਲ ਸਾਹਿਬ। ਮੈਂ ਕਿਹਾ ਤੁਸੀਂ ਬੜੇ ਸੋਹਣੇ ਲੱਗਦੇ, ਤੁਸੀਂ ਕਿੱਦਣ ਮਰਨਾ? ਬਸ ਰਿਕਸ਼ੇ 'ਚ ਬੈਠਾ ਚੌਥਾ ਛਾਪਰ ਲੈ ਕੇ ਜਨਾਬ, ਜੰਪ ਲੱਗਾ। ਭਾਈ ਸਾਹਿਬ ਮੈਨੂੰ ਇਹ ਦੱਸ ਦਿਓ, ਇਹਦੇ ਪਿਓ ਨੇ ਮਰਨਾ ਕਦੋਂ ਗੂਏ? ਬਸ ਬਸ ਤਿੰਨ ਚਾਰ ਛਾਪਰ ਹੋਰ ਨੇ। ਤੇਰੀ ਮਿਹਰਬਾਨੀ ਯਾਰ, ਤੂੰ ਕੁਛ ਦੱਸਣ ਡਿਆ, ਨੌਕਰ ਤੁਹਾਡਾ ਕੁਛ ਦੱਸਣ ਡਿਆ? ਇੱਥੇ ਫੌਤਗੀਆਂ ਵੀ ਜੀਪ ਨੇ, ਚਪੇੜਾਂ ਵੀ ਜੀਪ ਹੀ ਵਜਣ ਨਹੀਂ। ਦਵਾ ਜਾ ਕੇ ਉਹਨਾਂ ਦੇ ਬੋਤਲ ਲੈ ਗਿਆ। ਉਹ ਸਾਡੇ ਮਸਲੇ 'ਚ ਨਾ ਬੋਲੋ, ਪੇਟੀਆਂ ਬਣਾਉਣ ਵਾਲੇ ਥੋੜੇ ਬਕਵਾਸ ਨਾ ਕਰ, ਜਿਹਦੇ ਨਾਲ ਮੇਰਾ ਵੀ ਆਸਾ ਨਿਕਲੇ। ਜਾ ਕੇ ਬੋਤਲ ਲੈ ਗਿਆ। ਬੋਤਲ ਲਿਆਵਾ ਉਹਨੇ ਕੀ ਇੱਥੇ ਰੱਖ ਕੇ ਸ਼ੁਰਲੀ ਚਲਾਉਣੀ ਉਹਦੇ 'ਚ? ਦਵਾ ਜਾ ਪੀਣ ਵਾਲੀ ਬੋਤਲ ਲੈ ਗਿਆ। ਬੈਠੋ ਜੀ ਬੈਠੋ, ਇੱਕ ਲਿਆਵਾਂਗੇ ਦੋ ਲਿਆਵਾਂਗੇ? ਉਹਨਾਂ ਕੋਲ ਕੀ ਪੁੱਛਦੇ, ਇੱਕ ਲੈ ਆ ਪਾਈਪ, ਦੋ ਲੈ ਆਪਣੇ ਕੋਲੋਂ ਵੀ ਅਕਲ ਇਸਤੇਮਾਲ ਕਰੀ ਦੀ। ਚਲੋ ਠੀਕ ਹੈ। ਅੱਛਾ ਦੋਵੇਂ ਪਿਓ ਤੀ ਅੱਧੀ ਅੱਧੀ ਪੀ, ਕਾਕੋ ਇਹਦਾ ਜੂਠਾ ਪੀ ਲੈਣੀ? ਪੀ ਲੈਂਦੀ ਯਾਰ, ਉਹਨੂੰ ਕਿਹੜੀ ਬੋਧੀ ਰੱਖੀ ਹੈ। ਚੱਲ ਲੈ ਗਿਆ। ਅੱਛਾ ਬੋਤਲ ਨਵੀਂ ਲਿਆਉਣੀ ਜਾਂ ਡਾਲੇ 'ਚ ਜਿਹੜੀ ਥੋੜੀ ਥੋੜੀ ਇਕੱਠੀ ਕਰਕੇ ਇੱਕ ਬਣਦੀ ਉਹ ਲਿਆਉਣੀ? ਜਿਹੜੀ ਥੋੜੀ ਥੋੜੀ ਬਣਦੀ ਹੋਏਗੀ ਪੂਰੀ ਤਾਂ ਬਣਾ ਲਈ, ਨਹੀਂ ਤਾਂ ਨਵੀਂ ਲਿਆਉਣੀ ਪੈਣੀ। ਕੀ ਪੁੱਛਦਾ ਉਹਨਾਂ ਕੋਲ? ਚੱਲ ਨਵੀਂ ਲੈਣਾ। ਆਪਣਾ ਪੈਸਾ ਬੋਤਲ ਪੈਪਸੀ ਪੀਓਗੇ ਜਾਂ ਫਾਂਡਾ ਵਗੈਰਾ ਲੈ? ਯਾਰ ਜਿਹੜੀ ਮਰਜ਼ੀ ਲੈ, ਉਹਨਾਂ ਨੂੰ ਕੀ ਪਤਾ ਪੈਪਸੀ ਕਿਹੜੀ ਹੁੰਦੀ ਫਾਂਡਾ ਕਿਹੜੀ ਹੁੰਦੀ। ਚੱਲ ਲੈ ਗਿਆ ਬਦਤਮੀ। ਅੱਛਾ ਜੀ ਉਹ ਦੁਕਾਨਦਾਰ ਬੋਤਲ ਨਾ ਦੇਵੇ ਤੇ ਛਾਪਰ 'ਚ ਪਵਾ ਲਿਆਵਾਂ? ਯਾਰ ਜ਼ਾਹਿਰ ਹੈ ਛਾਪਰ ਜੀ ਫਿਰ ਪਾਣੀ ਬੁੱਕ 'ਚ ਤਾਂ ਨਹੀਂ ਆ ਸਕਦੀ ਨਾ। ਸਹੀ ਗੱਲ। ਅੱਛਾ ਛਾਪਰ ਨੁੱਕਰ ਪਾਰਟੀ ਹੋਵੇ ਤੇ ਉੱਥੇ ਗੰਢ ਦੇ ਲਵਾਂ? ਅੱਧਾ ਘੰਟਾ ਉੱਥੇ ਲਾਏਗਾ ਗੰਢ ਦੇਣ ਤੇ, ਉੱਥੋਂ ਫੜ ਕੇ ਲਿਆ ਵੀ ਲਿਆ ਕੇ ਮੂੰਹ 'ਚ ਖੋਲ ਦੇ। ਚੱਲ ਆ ਜਾ ਪੀ ਲਈ ਮੈਂ, ਆ ਜਾ ਬੋਤਲ ਹੀ ਹੁੰਦੀ ਹੈ ਪੈਪਸੀ ਦੀ। ਲਿਆ 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 ਜਾ ਉਹ ਕਾਲੀ ਕਾਲੇ ਰੰਗ ਦੀ, ਆਹੋ ਜਿਹੜੀ ਉੱਤੋਂ ਇੰਨੀ ਕੋਈ ਚਿੱਟੀ ਨਜ਼ਰ ਆਉਂਦੀ ਥੱਲੇ ਕਾਲੀ ਹੁੰਦੀ। ਲਿਆ ਯਾਰ ਲਿਆ, ਉਹ ਲਿਖਿਆ ਵੀ ਚਿੱਟੇ ਰੰਗ ਨਹੀਂ ਹੁੰਦਾ ਪੈਪਸੀ ਉਹਨਾਂ ਨੇ। ਲੈ ਯਾਰ ਨਾ ਜਾ ਕੇ ਲਿਆ, ਉਹ ਤਾਂ ਟੱਕਣ ਲਿਆਉਣਾ ਜਿੱਥੋਂ ਨਾਮ ਨਿਕਲਦਾ। ਯਾਰ ਬਹੁਤ ਬਦਤਮੀਜ਼ ਹੈ, ਟੱਕਣ ਉਹਨਾਂ ਕੀ ਟਿੰਡ ਤੇ ਰੱਖ ਕੇ ਉਤੋਂ ਇੰਜ ਕਰ ਲਿਆ। ਚੱਲ ਲੈ ਕੇ। ਅੱਛਾ ਜਨਾਬ ਬੋਤਲ ਛੱਡ ਦੇ ਯਾਰ, ਮੈਂ ਪੀ ਲਈ, ਆ ਜਾਓ। ਨਹੀਂ ਨਹੀਂ ਲਿਆ, ਨਹੀਂ ਪੀ ਲਈ ਮੈਂ, ਨਹੀਂ ਨਹੀਂ ਪਾ ਜਾ ਉਹ ਪੀ ਲਈ ਭਾਈ ਸਾਹਿਬ, ਨਹੀਂ ਲਿਆਂਦਾ ਹੈ। ਗੈਸ ਕਿੱਥੋਂ ਆਈ? ਮੈਂ ਤੇ ਸੁਜ਼ਾਨ ਲਿਆਂਦੀਆਂ ਸੀ। ਕੋਈ ਗੱਲ ਹੋਈ ਯਾਰ, ਹੈ ਨਾ ਬਦਤਮੀਜ਼ ਮੁੰਡਾ ਤੁਹਾਡਾ। ਲੈ ਗਿਆ, ਲੈ ਕੇ ਦਬਾਓ ਬੋਤਲ ਨਾਲ, ਨਿਮਕੋ ਵਗੈਰਾ ਵੀ ਲੈ ਆ। ਯਾਰ ਬੋਤਲ ਤੇ ਲਿਆ, ਬੋਤਲ ਹੀ ਬੜੀ ਉਹਨਾਂ ਤੇ, ਨਿਮਕੋ ਨਾਲ ਵਿੱਚ ਕੀ? ਮੈਂ ਕਹਿੰਦਾ ਸ਼ੇਖ ਮੋਹਸਨ ਦੀ ਸਿਟੀ ਬ੍ਰੈਡ ਵਾਲਿਆਂ ਕੋਲ ਫੜ ਲਿਆਉਂਦੇ, ਨਿਮਕੋ ਵੀ ਆਲਾ ਖਸਤਾ 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 ਹੁੰਦੀ ਜੇ। ਆਹ ਲਿਆ ਲਿਆ, ਆਹ ਮੈਂ ਲੈ ਕੇ ਆਇਆ। ਬੈਠੋ ਜੀ ਬੈਠੋ। ਹਾਏ ਧੀਏ, ਨਿਮਕੋ ਅੱਜ ਤੇ ਨਿਮਕੋ ਹੀ ਖਾਓਗੇ? ਹਾਂਜੀ ਹਾਂ ਧੀਏ, ਇੰਨਾ ਸਦਮਾ ਇੰਨਾ ਸਦਮਾ ਕਿ ਮੈਂ ਤੈਨੂੰ ਕੀ ਦੱਸਾਂ। ਬਸ ਮੈਨੂੰ ਤੇ ਇੰਜ ਲੱਗਦਾ ਜਿਵੇਂ ਹੁਣੇ ਆਣਗੇ ਤੇ ਆ ਕੇ ਕਹਿਣਗੇ ਰੋਟੀ ਪਾਣੀ ਤਾਂ ਲਾਇਆ।
ਨਾਲ ਇੰਨਾ ਪਿਆਰ ਕਰਦੇ ਨੇ ਅੰਮੀ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਆਵਾਜ਼ ਵਿੱਚ ਸੁਣਾ ਅੱਛਾ ਇੰਨਾ ਪਿਆਰ ਜਿੱਦਣ ਤੇ ਬਹੁਤ ਹੋਏ ਨੇ ਅੰਮੀ ਉਹਨਾਂ ਦੇ ਕੱਪੜੇ ਪਾ ਕੇ ਫਿਰਨ ਦੇ ਤੇ ਮੈਂ ਕਿਹਾ ਅੰਮੀ ਆਪਣੇ ਕੱਪੜੇ ਪਾ ਲਾ ਅੱਜ ਕੱਲ੍ਹ ਮੇਰੇ ਨਾਲ ਲੜਨ ਦੇ ਇਸ ਲੰਬੀ ਕਹਿੰਦੇ ਮੈਂ ਵੀ ਮੁੱਛਾਂ ਰੱਖਣੀਆਂ ਨੇ ਪਹਿਲੀ ਵਾਰ ਉਹ ਛੱਡੋ ਪਰੋਂ ਭੈਣ ਜੀ ਕਿਹੜੇ ਪਾਸੇ ਤੁਰ ਪਏ ਹੋ ਤੁਸੀਂ ਉਹ ਮੁੱਛਾਂ ਰੱਖੋਗੇ ਫਿਰ ਦਾੜੀ ਰੱਖੋਗੇ ਫਿਰ ਹਮਾਮ ਲੱਭੋਗੇ ਜੀ ਦੱਸੋ ਕੋਈ ਗੱਲ ਕਰਨ ਵਾਲੀ ਭੈਣ ਜੀ ਕੀ ਕਰਨ ਦੇ ਤੁਸੀਂ ਜੀ ਆ ਤੁਸੀਂ ਪਰੇਸ਼ਾਨ ਹੋ 4 ਦਿਨ ਦਾ ਸਤਮਾ ਹੁੰਦਾ ਆ ਫੂੜੀ ਛੁੜੀ ਬਦਤਮੀਜ਼ੀ ਕਰਨ ਦੇ ਆ ਜੀ ਇਹ ਕਿਹੜਾ ਵੀ ਇੰਨਾ ਕੰਮ ਹੁੰਦਾ ਹੋਣਾ ਹਾਂ ਜੀ ਉਹ ਭੈਣ ਜੀ ਇਹ 4 ਦਿਨ ਦੀ ਵਿੱਚ ਜਿਵੇਂ ਲੰਘਦੇ ਜੀ ਲਓ ਜੀ ਪੀਓ ਤੁਸੀਂ ਉਹਵੇਂ ਬੰਦਾ ਭੁੱਲਦਾ ਜਾਂਦਾ ਜਨਾਬ ਬੜੀ ਮਿਹਰ ਮੈਂ ਕਿਹਾ ਜੀ ਇੱਕ ਵਿੱਚ ਪੰਜਾਂ ਨਹੀਂ ਲੈਂਦੀ ਇਹ ਤੁਸੀਂ ਪੀ ਗਏ ਉਹਦੀ ਕਦੋਂ ਯਾਰ ਇਹਦੇ ਨਕਾਰ ਕਾਹਦੇ ਮਾਰਨ ਦੇ ਹੱਦ ਹੋਈ ਤੁਹਾਡੀ ਸਹੀ ਦੱਸ ਪੰਜਾਂ ਨਹੀਂ ਲਿਆਂਦੀ ਨਹੀਂ ਇਹ ਮੈਂ ਨਾ ਉਹਦੇ ਕੋਲ ਲੱਗੀ ਬੋਤਲ ਲਿਆਇਆ ਲੱਗੀ ਕੀ ਮਤਲਬ ਜਿਵੇਂ ਦੁਕਾਨਦਾਰ ਕੋਲ ਲੱਗੀ ਮਾਚਿਸ ਨਹੀਂ ਲਈ ਦੀ ਇਹ ਲੱਗੀ ਸੀ ਮੈਂ ਕਹਿੰਦਾ ਇਹ ਤੁਸੀਂ ਪੀ ਲਓ ਇਹ ਵੀ ਦੇਣ ਨਹੀਂ ਨਹੀਂ ਇਹ ਕੁੜੀ ਨੂੰ ਦੇਣੀ ਆ ਤੇ ਬੱਚੀ ਨੂੰ ਮੈਂ ਫੜਾਣਾ ਪੈਸੇ ਮੈਂ ਖਰਚੇ ਕਿ ਤੂੰ ਖਰਚੇ ਕੀ ਬਦਤਮੀਜ਼ੀ ਕਰਨ ਦੇ ਆ ਤੂੰ ਕਿਉਂ ਫੜਾਣਾ ਮੈਂ ਆਪ ਹੀ ਚੱਲਾਂ ਯਾਰ ਬਹੁਤ ਹੀ ਬਦਤਮੀਜ਼ ਆਦਮੀ ਬਹੁਤ ਹੀ ਬਦਤਮੀਜ਼ ਤਮੀਜ਼ ਨਹੀਂ ਹੈ ਆਪਣੀ ਪੀ ਤੋਂ ਸਾਰੀ ਜ਼ਿੰਦਗੀ ਪੀਤੀ ਹੋ ਬਦਲ ਪੀਓ ਤੁਸੀਂ ਪੀਓ ਪੀਓ ਛੱਡ ਦੇ ਯਾਰ ਨਾ ਕਰ ਈਦ ਵਾਲੇ ਦਿਨ ਤੈਨੂੰ ਬੋਤਲ ਨਸੀਬ ਨਹੀਂ ਹੋਈ ਕਦੀ ਪੀਓ ਪੀਓ ਰੱਖ ਥੱਲੇ ਰੱਖ ਥੱਲੇ ਰੱਖ ਨਾ ਕਰ ਯਾਰ ਕੀ ਕਰਨਾ ਜਾਹਲ ਬੰਦਾ ਪੀਓ ਜੀ ਤੁਸੀਂ ਪੀਓ ਨਹੀਂ ਇਸ ਤਰ੍ਹਾਂ ਕਰੀਦਾ ਹੁੰਦਾ ਬੇਵਕੂਫ ਆਦਮੀ ਬਦਤਮੀ ਜੀ ਕਰਨ ਦੇ ਮਹਿਮਾਨ ਆਏ ਨੇ ਪੀਣ ਤੇ ਉਹਨਾਂ ਨੂੰ ਆਰਾਮ ਨਾ ਪੀ ਲੈ ਹੁਣ ਤੁਸੀਂ ਕੀ ਵੇਖਣ ਦੇ ਰੋਂਦਾ ਬੋਤਲਾਂ ਪੀਣ ਨੂੰ ਮੈਂ ਉਧਰ ਯਾਰ ਨਾ ਬਦਤਮੀ ਜੀ ਕਰਾਂਗੇ ਮੈਂ ਬਾਹਰ ਆਇਆ ਤੁਸੀਂ ਇੱਧਰ ਆ ਜਾਓ ਤੁਸੀਂ ਉਧਰ ਬੈਠ ਇੱਧਰ ਆ ਜਾਓ ਪੀਂਦਾ ਨਹੀਂ ਹੁਣ ਪੀਂਦਾ ਨਹੀਂ ਯਾਰ ਪੀਣ ਲੱਗੇ ਭੈਣ ਜੀ ਤੁਸੀਂ ਪੀ ਲਓ ਮੈਨੂੰ ਇੱਕ ਚਾਹ ਬਣਾ ਦਿਓ ਚਾਹ ਪੀਣੀ ਸੀ ਤੇ ਪਹਿਲਾਂ ਦੱਸ ਦੋ ਚਾਹ ਵੀ ਪਿਓ ਨਾਲ ਤੈਨੂੰ ਬੋਤਲਾਂ ਵੀ ਪਿਓ ਖਤਮ ਕਰੋ ਨਾਲੇ ਚਵੜ ਜਿਹਾ ਇਹਦੀ ਵਜ੍ਹਾ ਤੋਂ ਮੈਂ ਕਦੀ ਨਹੀਂ ਸੀ ਆਉਣਾ ਇੱਥੇ